ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਸੋਹਣੇ ਸੋਹਣੇ ਲਹਿੰਗਾ ਚੋਲੀ ਦੇ ਵਿੱਚ ਸਟਾਈਲ, ਚੋਲੀ ਦੇ ਨਾਲ ਕਿੱਦਾਂ ਕਿੱਦਾਂ ਆਪਾਂ ਸਟਾਈਲ ਕਰ ਸਕਦੇ ਹਾਂ। ਆਹ ਵਾਲੀ ਡਿਜ਼ਾਇਨ ਜੇ ਤੁਸੀਂ ਔਰਡਰ ਕਰੋਗੇ ਤੁਹਾਨੂੰ 1700 'ਚ ਮਿਲ ਜਾਏਗੀ। ਅਤੇ ਬਹੁਤ ਸੋਹਣੀ ਸੋਹਣੀ ਲਹਿੰਗਾ ਚੋਲੀ 'ਚ ਵਰਕ ਵਾਲੇ ਡਿਜ਼ਾਇਨ ਵੀ ਹੈ, ਸਿੰਪਲ ਵੀ ਹੈ ਅਤੇ ਫਰੋਕ ਸਟਾਈਲ ਵੀ ਹੈ। ਅਤੇ ਇਹ ਵਾਲਾ ਜਿਹੜਾ ਡਿਜ਼ਾਇਨ ਹੈ ਜਿਵੇਂ ਹੈਵੀ ਚੋਲੀ ਆਈ ਸਿੰਪਲ ਵਰਕ ਤੋਂ ਬਿਨਾਂ ਪਲਸ ਸ਼ਰਾਰਾ, ਇਹ ਵਾਲਾ ਜਿਵੇਂ ਬਹੁਤ ਸੋਹਣੇ ਸੋਹਣੇ ਡਿਜ਼ਾਇਨ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਡਿਜ਼ਾਇਨ ਹੈ। ਬਸ ਇੱਦਾਂ ਹੀ ਚਾਹੁੰਦੀ ਹਾਂ ਕਿ ਆਪਾਂ ਵੈਡਿੰਗ ਸੀਜ਼ਨ ਵਿੱਚ ਹਰ ਵਾਰੀ ਲਹਿੰਗਾ ਚੋਲੀ ਪਾਉਣਾ ਆਪਾਂ ਨੂੰ ਚੰਗਾ ਨਹੀਂ ਲੱਗਦਾ, ਕਿ ਆਪਾਂ ਨੂੰ ਇਹ ਹੁੰਦਾ ਵੀ ਹਰ ਵਾਰ ਕੋਈ ਨਾ ਕੋਈ ਨਵਾਂ ਸਟਾਈਲ ਹੋਵੇ ਆਪਣੀ। ਜੇ ਆਪਾਂ ਪਿਛਲੀ ਵਾਰ ਲਹਿੰਗਾ ਚੋਲੀ ਪਾਈਏ ਤਾਂ ਆਪਣੇ ਕੁਛ ਅਲੱਗ ਪਾਈਏ ਕਿ ਤਾਂ ਕਿ ਬਹੁਤ ਜ਼ਿਆਦਾ ਸੋਹਣਾ ਲੱਗੇ, ਹਰ ਕੋਈ ਆਪਣੇ ਵੱਲ ਧਿਆਨ ਦੇਵੇ। ਤਾਂ ਉਸ ਵਿੱਚ ਆਹ ਵਾਲਾ ਹੈ ਜਿਵੇਂ ਉੱਪਰ ਛੋਟਾ ਸ਼ਰੱਗ ਪਾਇਆ ਹੋਇਆ ਹੈ, ਆਹ ਜਿਹੜਾ ਡਿਜ਼ਾਇਨ ਹੈ ਇੱਥੇ ਨਾਲ ਲੌਂਗ ਸ਼ਰਾਰਾ ਬਣਾਇਆ ਹੋਇਆ ਹੈ। ਫਰੋਕ ਨੂੰ ਸਿੰਪਲ ਰੱਖ ਕੇ ਉੱਪਰ ਆਪਣੇ ਹੈਵੀ ਵਾਲਾ ਬਲਾਊਜ਼ ਜਾਂ ਕਹਿ ਲਓ ਬਣਾਇਆ ਹੋਇਆ ਹੈਗਾ ਚੋਲੀ। ਤਾਂ ਜਿਵੇਂ ਇਹਦੇ ਉੱਤੇ ਲੌਂਗ ਸ਼ਰੱਗ ਦੇ ਨਾਲ ਸਿੰਪਲ ਚੋਲੀ ਰੱਖੀ ਹੋਈ, ਇਸ ਚੋਲੀ ਦੇ ਨਾਲ ਸਿੰਪਲ ਫਰੋਕ, ਹੁਣ ਇੱਕ ਬਹੁਤ ਟ੍ਰੈਂਡ ਕੋਲਰ ਵਾਲੀ ਚੋਲੀ ਦਾ ਡਿਜ਼ਾਇਨ ਬਹੁਤ ਚੱਲ ਰਿਹਾ ਅੱਜ ਕੱਲ੍ਹ। ਅਤੇ ਜਿਵੇਂ ਵੀ ਤੁਸੀਂ ਚਾਹੋ ਆਪਣੇ ਆਪ ਤਿਆਰ ਕਰਵਾ ਸਕਦੇ ਹੋ, ਘੱਟ ਤੋਂ ਘੱਟ ਖਰਚਾ ਕਰਕੇ ਆਪਾਂ ਆਪਣੀਆਂ ਡਿਜ਼ਾਇਨਸ ਕਰ ਸਕਦੇ ਹਾਂ ਸਟਾਈਲਿਸ਼ ਨੂੰ। ਇਹ ਸਟਿਚਿੰਗ ਵਿੱਚ ਹੀ ਹੈ ਜ਼ਿਆਦਾ ਸਟਾਈਲ। ਆਪਣੇ ਕੋਲ ਪੁਰਾਣਾ ਦੁਪੱਟਾ ਪਿਆ ਹੋਵੇ ਤਾਂ ਹੈਵੀ ਵਾਲਾ ਉਹਦਾ ਆਪਾਂ ਸ਼ਰੱਗ ਤਿਆਰ ਕਰਵਾ ਸਕਦੇ ਹਾਂ, ਜਾਂ ਫਿਰ ਜਿਵੇਂ ਇਹ ਵਾਲਾ ਸ਼ਰੱਗ ਹੈ ਦੁਪੱਟੇ ਦਾ ਤਿਆਰ ਬਹੁਤ ਸੋਹਣਾ ਹੋ ਜਾਂਦਾ, ਇਸ ਤਰ੍ਹਾਂ ਮੈਂ ਕਰਵਾਇਆ ਹੋਇਆ ਹੈਗਾ। ਅਤੇ ਨਾਲ ਜਿਵੇਂ ਲੌਂਗ ਪਲਾਜ਼ੋ ਖੁੱਲ੍ਹੇ ਵਾਲਾ ਤਾਂ ਸ਼ਰੱਗ ਨਾਲ ਵੀ ਬਹੁਤ ਸੋਹਣਾ ਸਟਾਈਲ ਲੱਗਦਾ ਹੈਗਾ ਇਹ ਵਾਲਾ ਸਟਾਈਲ। ਲਗਭਗ ਮੈਂ ਹਰ ਇੱਕ ਡਿਜ਼ਾਇਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਹੈਲਪ ਹੋ ਜਾਵੇ ਤੁਹਾਡੀ, ਕਿ ਤੁਸੀਂ ਕਿੱਦਾਂ ਦੇ ਸਟਾਈਲ ਕਰ ਸਕਦੇ ਹੋ ਇੱਕ ਚੋਲੀ ਦੇ ਨਾਲ। ਲੌਂਗ ਫਰੋਕ ਨਹੀਂ ਪਾਉਣੀ ਜਾਂ ਫਿਰ ਤੁਸੀਂ ਲਹਿੰਗਾ ਚੋਲੀ ਨਹੀਂ ਪਾਉਣਾ, ਤਾਂ ਉਹਦੇ ਵਿੱਚ ਕੀ ਸਟਾਈਲ ਕਰ ਸਕਦੇ ਹੋ ਚੋਲੀ ਦੇ ਨਾਲ। ਜਿਵੇਂ ਲੌਂਗ ਫਰੋਕ ਹੋ ਗਈ, ਲੌਂਗ ਸ਼ਰਾਰਾ ਹੋ ਗਿਆ, ਲੌਂਗ ਖੁੱਲ੍ਹਾ ਪਲਾਜ਼ੋ ਹੋ ਗਿਆ, ਜਾਂ ਸਾੜੀ ਸਟਾਈਲ ਹੋ ਗਿਆ, ਜਾਂ ਫਿਰ ਧੋਤੀ ਸਟਾਈਲ ਹੋ ਗਿਆ। ਬਹੁਤ ਸਾਰੇ ਸਟਾਈਲ ਹੈ ਜਿਹੜੇ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ, ਅਤੇ ਤੁਹਾਨੂੰ ਬਹੁਤ ਸਾਰੇ ਡਿਜ਼ਾਇਨਸ ਮਿਲ ਜਾਣਗੇ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਖੁਦ ਤਿਆਰ ਕਰਵਾ ਸਕਦੇ ਹੋ ਜਾਂ ਫਿਰ ਬੁਟੀਕ ਨੂੰ ਕਹਿ ਕੇ ਤਿਆਰ ਕਰਵਾ ਸਕਦੇ ਹੋ। ਆਈ ਹੋਪ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਊਗੀ। ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਹੁਣੇ ਕਰ ਦਿਉ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਮੇਰੀ ਸਭ ਤੋਂ ਪਹਿਲਾਂ ਮਿਲ ਜਾਵੇ। ਜਿਹੜਾ ਮੈਂ ਕੋਲਰ ਵਾਲੀ ਗੱਲ ਕਰ ਰਹੀ ਸੀਗੀ ਤੁਹਾਡੇ ਨਾਲ, ਉਹ ਪਿੱਛੇ ਦੇਖੀ ਤੁਸੀਂ ਪਿੱਕ, ਉਹੀ ਪਿੱਕ ਹੈ ਜਿਹਦੇ ਵਿੱਚ ਮੈਂ ਕਹਿ ਰਹੀ ਸੀ ਕਿ ਕੋਲਰ ਵਾਲਾ ਬਹੁਤ ਜ਼ਿਆਦਾ ਡਿਜ਼ਾਇਨ ਚੱਲ ਰਿਹਾ, ਜਿਵੇਂ ਇਹਨਾਂ ਦੇ ਵੀ ਕੋਲਰ ਵਾਲਾ ਹੀ ਪਾਇਆ ਹੋਇਆ ਹੈ। ਆਹ ਵਾਲੀ ਚੋਲੀ ਦਾ ਬਹੁਤ ਜ਼ਿਆਦਾ ਟ੍ਰੈਂਡ ਲੋ ਹੋ ਗਿਆ, ਪਰ ਹੁਣ ਥੋੜ੍ਹਾ ਜਿਹਾ ਸਟਾਈਲਿਸ਼ ਬਣਾਉਣ ਲਈ ਸ਼ਰੱਗ ਵਗੈਰਾ ਕੋਲਰ ਵਾਲੇ ਜੈਕਟ ਦੀ ਤਰ੍ਹਾਂ ਉੱਪਰ ਤਿਆਰ ਕਰਨਾ ਅਤੇ ਲਹਿੰਗੇ ਦੀ ਥਾਂ 'ਤੇ ਆਪਣੇ ਲੌਂਗ ਪਲਾਜ਼ੋ ਵਗੈਰਾ ਸ਼ਰਾਰਾ ਸ਼ਰੱਗ ਨਾਲ ਬਹੁਤ ਤਰ੍ਹਾਂ ਤਰ੍ਹਾਂ ਦੇ ਡਿਜ਼ਾਇਨ ਤੁਹਾਨੂੰ ਇਸ ਵੀਡੀਓ ਵਿੱਚ ਮਿਲ ਜਾਣਗੇ। ਪਰ ਐਂਡ ਤੱਕ ਵੀਡੀਓ ਦੇਖਿਆ ਕਰੋ, ਤੁਸੀਂ ਇੱਕ ਦੋ ਵੀਡੀਓ ਡਿਜ਼ਾਇਨ ਦੇਖ ਕੇ ਬਸ ਛੱਡ ਦਿੰਦੇ ਹੋ, ਕੀ ਪਤਾ ਤੁਹਾਨੂੰ ਅੱਗੇ ਵਾਲੇ ਨਹੀਂ ਪਸੰਦ ਆਏ, ਲਾਸਟ ਵਾਲੇ ਪਸੰਦ ਆ ਜਾਣ। ਇੱਦਾਂ ਹੁੰਦਾ ਕਿ ਆਪਾਂ ਹੁਣ ਸ਼ੋਪ 'ਤੇ ਜਾਂਦੇ ਹਾਂ ਤਾਂ ਆਪਾਂ ਨੂੰ ਦੋ ਚਾਰ ਸੂਟ ਦਿਖਾਉਂਦੇ ਆ ਤਾਂ ਆਪਾਂ ਨੂੰ ਪਸੰਦ ਨਹੀਂ ਆਉਂਦੇ, ਫਿਰ ਉਹ ਹੋਰ ਨਿਕਾ ਕੱਢ ਕੇ ਲਿਆਉਂਦੇ ਤਾਂ ਆਪਾਂ ਨੂੰ ਉਹਨਾਂ 'ਚੋਂ ਕੋਈ ਨਾ ਕੋਈ ਸੂਟ ਪਸੰਦ ਆ ਜਾਂਦਾ ਤਾਂ ਫਿਰ ਹੀ ਆਪਾਂ ਲੈਂਦੇ ਹਾਂ ਨਾ। ਜੇ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖੋਗੇ ਤਾਂ ਤੁਹਾਨੂੰ ਫਿਰ ਹੀ ਪਤਾ ਲੱਗੇਗਾ ਨਾ ਕੀ ਡਿਜ਼ਾਇਨ ਪਾਏ ਹੋਏ ਨੇ। ਸਾਰੇ ਡਿਜ਼ਾਇਨ ਤਾਂ ਆਪਾਂ ਅੱਗੇ ਤਾਂ ਨਹੀਂ ਲਾ ਸਕਦੇ, ਇਕੱਠੇ ਵੀ ਨਹੀਂ ਕਰ ਸਕਦੇ। ਆਪਾਂ ਨੂੰ ਦੋ ਚਾਰ ਡਿਜ਼ਾਇਨ ਨਹੀਂ ਪਸੰਦ ਆਏ ਤਾਂ ਕੋਈ ਗੱਲ ਨਹੀਂ, ਤੁਹਾਨੂੰ ਕੀ ਪਤਾ ਤੁਸੀਂ ਵੀਡੀਓ ਫੁੱਲ ਦੇਖੋ, ਕੀ ਪਤਾ ਤੁਹਾਨੂੰ ਅੱਗੇ ਪਸੰਦ ਆ ਜਾਣ। ਕੋਈ ਨਾ ਕੋਈ ਇਹੋ ਜਿਹਾ ਡਿਜ਼ਾਇਨ ਆ ਜਿਹੜਾ ਤੁਹਾਡੇ ਪਸੰਦ ਦਾ ਆਇਆ ਉਹ ਨਹੀਂ ਆਇਆ ਅੱਗੇ, ਤਾਂ ਲਾਸਟ ਮਿੰਟ ਤੱਕ ਵੀਡੀਓ ਨੂੰ ਦੇਖੋ, ਕੀ ਪਤਾ ਕੋਈ ਨਾ ਕੋਈ ਤੁਹਾਨੂੰ ਜ਼ਰੂਰ ਪਸੰਦ ਆਏਗਾ। ਤਾਂ ਆਈ ਹੋਪ ਤੁਹਾਨੂੰ ਇਹ ਵੀਡੀਓ ਜ਼ਰੂਰ ਜ਼ਰੂਰ ਚੰਗੀ ਲੱਗੀ ਹੋਵੇਗੀ। ਜੇ ਤੁਹਾਨੂੰ ਚੰਗੀ ਲੱਗੀ ਹੈ ਤਾਂ ਲਾਈਕ ਕਰਨਾ ਨਾ ਭੁੱਲਿਆ ਕਰੋ, ਬਿਲਕੁਲ ਫ੍ਰੀ ਹੈ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸਭ ਕੁਝ ਫ੍ਰੀ ਹੈ ਤਾਂ ਫ੍ਰੀ ਆਫ ਕੋਸਟ ਤਾਂ ਕਰ ਹੀ ਦਿਆ ਕਰੋ। ਥੈਂਕ ਯੂ ਸੋ ਮੱਚ ਜੀ, ਤੁਸੀਂ ਇੱਥੋਂ ਤੱਕ ਵੀਡੀਓ ਦੇਖੀ ਹੈ ਤਾਂ, ਅਤੇ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਦੀ ਹੋਰ ਵੀ ਹੈਲਪ ਹੋ ਜਾਵੇ। ਥੈਂਕ ਯੂ ਸੋ ਮੱਚ।